ਫਾਜ਼ਿਲਕਾ ਦੇ ਪਿੰਡ ਕੋੜਿਆਂਵਾਲੀ ਦੇ ਵਿੱਚ ਕਰੋਨਾ ਦੇ ਮੱਦੇਨਜ਼ਰ ਪਿੰਡ ਵਾਸੀਆਂ ਨੇ ਲਗਾਏ ਨਾਕੇ, ਪੂਰੇ ਪਿੰਡ ਨੂੰ ਕੀਤਾ ਗਿਆ ਸੀਲ। ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਲਗਾਤਾਰ ਵੱਧੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਪਿੰਡ ਕੋੜਿਆਂਵਾਲੀ ਦੇ ਲੋਕਾਂ ਵੱਲੋਂ ਅਹਿਤਿਆਤ ਦੇ ਰੂਪ ਦੇ ਵਿੱਚ ਪਿੰਡ ਦੇ ਸਾਰੀ ਸੜਕਾਂ ਤੇ ਨਾਕੇ ਲਗਾ ਦਿੱਤੇ ਗਏ ਹਨ ਅਤੇ ਪਿੰਡ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਕਰੋਨਾ ਦੇ ਮੱਦੇਨਜ਼ਰ ਇਹ ਨਾਕਾਬੰਦੀ ਕੀਤੀ ਗਈ ਹੈ ਅਤੇ ਹਰ ਆਉਣ ਜਾਣ ਵਾਲੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਅਹਿਤਿਆਤ ਦੇ ਤੌਰ ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਪਿੰਡ ਨੂੰ ਸੀਲ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਕਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੂੰ ਬਚਾਉਣ ਅਤੇ ਪਿੰਡ ਦੇ ਵਿੱਚ ਕਰੋਨਾ ਮਹਾਮਾਰੀ ਫੈਲਣ ਤੋਂ ਰੋਕਣ ਦੇ ਲਈ ਉਹਨਾਂ ਵੱਲੋਂ ਇਹ ਨਾਕਾਬੰਦੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਆਉਂਦੇ 5 ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਇੱਥੇ ਨਾਕੇ ਲਗਾ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਪੂਰੀ ਪੰਚਾਇਤ ਅਤੇ ਪਿੰਡ ਵਾਸੀ ਸਹਿਯੋਗ ਕਰ ਰਹੇ ਹਨ। ਫਾਜ਼ਿਲਕਾ ਦੇ ਪਿੰਡ ਕੋੜਿਆਂਵਾਲੀ ਦੇ ਵਿੱਚ ਨਾਕਾਬੰਦੀ ਕੀਤੀ ਗਈ ਹੈ ਅਤੇ ਲੋਕਾਂ ਵੱਲੋਂ ਪੂਰੀ ਅਹਿਤਿਆਤ ਵਰਤੀ ਜਾ ਰਹੀ ਹੈ। ਪਿੰਡ ਦੇ ਸਰਪੰਚ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਹੱਥ ਸੈਨੇਟਾਈਜ਼ ਜਾਂ ਸਾਬਣ ਦੇ ਨਾਲ ਧੋਣ ਅਤੇ ਇਸ ਦੇ ਨਾਲ ਨਾਲ ਸਮਾਜਿਕ ਦੂਰੀ ਵੀ ਬਣਾ ਕੇ ਰੱਖਣ। ਮਾਸਕ ਦਾ ਪ੍ਰਯੋਗ ਕਰਨ ਦੀ ਅਪੀਲ ਵੀ ਪਿੰਡ ਦੇ ਸਰਪੰਚ ਵੱਲੋਂ ਲੋਕਾਂ ਨੂੰ ਕੀਤੀ ਜਾ ਰਹੀ ਹੈ। ਪਿੰਡ ਦੇ ਵਿੱਚ ਕੋਰੋਨਾ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਯਾਸ ਕੀਤੇ ਜਾ ਰਹੇ ਨੇ? ਸਾਡੇ ਪਿੰਡ ਦੇ 4-5 ਰਸਤੇ ਹੈਗੇ ਆ, ਅਸੀਂ ਸਾਰੇ ਰਸਤਿਆਂ 'ਤੇ ਨਾਕਾਬੰਦੀ ਕੀਤੀ ਹੋਈ ਹੈ ਅਤੇ ਜਿਹੜਾ ਕੋਈ ਪਿੰਡ ਦਾ ਬੰਦਾ ਹੁੰਦਾ ਉਹਨੂੰ ਅਸੀਂ ਸਮਝਾ ਰਹੇ ਹਾਂ ਵੀ ਮਾਸਕ ਲਾ ਕੇ ਰੱਖੋ, ਜਿਹੜਾ ਕੋਈ ਬਾਹਰ ਤੋਂ ਆਉਂਦਾ ਉਹਨੂੰ ਅਸੀਂ ਪੁੱਛਗਿੱਛ ਕਰਕੇ ਫਿਰ ਜਾਣ ਦਿੰਦੇ ਹਾਂ। ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਸੀਆਂ ਨੂੰ? ਅਸੀਂ ਪਿੰਡ ਵਾਸੀਆਂ ਨੂੰ ਇਹ ਮੈਸੇਜ ਹੈ ਸਾਡਾ ਤਾਂ ਵੀ ਮਾਸਕ ਲਾ ਕੇ ਰੱਖੋ, ਸੈਨੇਟਾਈਜ਼ਰ ਨਾਲ ਆਪਦਾ ਸੈਨੇਟਾਈਜ਼ ਕਰਕੇ ਰੱਖੋ ਹੱਥ, ਅਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ। ਇਹ ਹੈ ਜੀ, ਮਾਸਕ ਲਾਓ ਅਤੇ ਕਰੋਨੇ ਤੋਂ ਬਚੋ, ਬਿਮਾਰੀਆਂ ਤੋਂ ਬਚੋ, ਸਭ ਦੇ ਲਈ ਫਾਇਦੇਮੰਦ। ਕਿਹਨਾਂ ਨੂੰ ਤੁਸੀਂ ਪਿੰਡ 'ਚ ਵੈਰੀਫਾਈ ਕਰਕੇ ਪਿੰਡ 'ਚ ਭੇਜ ਰਹੇ ਹੋ, ਕਿਹਨਾਂ ਨੂੰ ਰੋਕ ਰਹੇ ਹੋ ਤੁਸੀਂ? ਅਸੀਂ ਜਿਹੜੇ ਬਾਹਰੋਂ ਆਉਂਦੇ ਨੇ, ਬੈਗ ਬੁੱਕ ਹੁੰਦਾ, ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਤੂੰ ਕਿੱਥੋਂ ਆਏ, ਕਹਿੰਦੇ ਕਿਲੇ ਜਾ ਰਹੇ ਜੀ। ਬਾਕੀ ਅਸੀਂ ਬੜਾ ਤੰਗ ਨਹੀਂ ਕਰਦੇ। ਇਹ ਜੀ ਕੋਵਿਡ-19 ਦੇ ਬਲੈਕ ਫੰਗਸ ਦੇ ਕੇਸ ਅੱਜ ਦਿਨੋ ਦਿਨ ਵੱਧ ਰਹੇ ਆ, ਤੁਹਾਨੂੰ ਪਤਾ ਹੀ ਹੈ ਵੀ ਪਿੰਡਾਂ 'ਚ ਐਂਟਰ ਕਰ ਚੁੱਕੇ ਜੀ। ਇਸ ਦੇ ਲਈ ਪ੍ਰਸ਼ਾਸਨ ਵੱਲੋਂ ਉੱਪਰ ਆਰਡਰ ਆਏ ਹੋਏ ਆ ਸਾਰੀਆਂ ਪੰਚਾਇਤਾਂ ਨੂੰ, ਅਤੇ ਸਰਪੰਚ ਸਾਹਿਬ ਕੋੜਿਆਂਵਾਲੀ ਵੱਲੋਂ ਹੁਕਮ ਹੋਏ ਸੀ ਵੀ ਇਹ ਟਿਕਰੀ ਪੈਰਾ ਲਗਾਇਆ ਜਾਵੇ, ਪਿੰਡ ਦੇ ਜਿੰਨੇ ਵੀ ਐਂਟਰੀ ਪੁਆਇੰਟ ਆ ਸਾਰਿਆਂ 'ਤੇ ਟਿਕਰੀ ਪੈਰਾ ਲਗਾਏ ਗਏ। ਪਿੰਡ ਕੋੜਿਆਂਵਾਲੀ ਕਿੱਥੇ ਕਿੱਥੇ ਲੱਗੇ ਆ? ਪਿੰਡ ਕੋੜਿਆਂਵਾਲੀ ਦੇ ਜਿੰਨੇ ਵੀ ਮਤਲਬ ਐਂਟਰੀ ਪੁਆਇੰਟ ਹੈ ਜੀ, ਜਿੰਨੇ ਵੀ ਬਾਹਰ ਦੇ ਜੋ ਟਰੈਵਲਰਸ ਆ ਐਂਟਰ ਕਰਦੇ ਜੀ, ਹਰ ਜਗ੍ਹਾ 'ਤੇ ਟਿਕਰੀ ਪੈਰਾ ਲੱਗੇ। ਕਿਸ ਤਰ੍ਹਾਂ ਦੀ ਪੁੱਛਤਾਛ ਕਰਦੇ ਹੋ ਤੁਸੀਂ? ਇਹ ਵਿਦਾਊਟ ਮਾਸਕ ਜੀ, ਉਹਨਾਂ ਦੀ ਲੋਕੇਸ਼ਨ ਜੀ ਕਿੱਥੋਂ ਆਏ ਆ ਅਤੇ ਕਿੱਥੇ ਜਾਣਾ ਜੀ, ਇਸ ਤਰ੍ਹਾਂ ਦੀ ਪੁੱਛ ਕਰਕੇ ਉਹਨਾਂ ਨੂੰ ਪਿੰਡ 'ਚ ਐਂਟਰ ਕਰਨ ਦਿੱਤਾ। ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਸੀਆਂ ਨੂੰ? ਪਿੰਡ ਵਾਸੀਆਂ ਨੂੰ ਮੈਸੇਜ ਇਹੀ ਹੈ ਵੀ ਮਾਸਕ ਲਾਓ, ਆਪਦਾ ਧਿਆਨ ਰੱਖੋ ਜੀ, ਕਿਉਂਕਿ ਕੋਵਿਡ-19 ਦੇ ਜਿਹੜੇ ਕੇਸ ਹੈ ਉਹ ਬਹੁਤ ਜ਼ਿਆਦਾ ਵੱਧ ਰਹੇ ਨੇ। ਮਾਸਕ ਲਗਾ ਕੇ ਟਪਾਏ ਲੋਕ, ਮਾਸਕ ਆਪਣੇ ਜ਼ਿਆਦਾ ਬਿਮਾਰੀ ਵੱਧੀ ਪਈ ਹੈ, ਤਾਂ ਕਰਕੇ ਇਹ ਲਗਾਇਆ ਡੀਸੀ ਸਾਹਿਬ ਕਾ ਆਰਡਰ ਹੈ। ਜਿਸ ਕੇ ਮਾਸਕ ਨਹੀਂ ਲਗਾ ਉਸਕੋ ਰੋਕਤੇ ਹੈ, ਉਸਕੋ ਦੇਤੇ ਵੀ ਹੈ ਮਾਸਕ। ਕਿਆ ਸੰਦੇਸ਼ ਦੇਣਾ ਚਾਹੋਗੇ ਆਪ ਗਾਂਵ ਵਾਸੀਆਂ? ਇਹੀ ਦੇਣਾ ਚਾਹੋਗੇ ਕਿ ਸਾਰੇ ਮਾਸਕ ਲਗਾ ਕੇ ਬਾਹਰ ਨਿਕਲੇ, ਘਰ ਸੇ ਬਾਹਰ ਨਿਕਲਤੇ ਹੀ ਮਾਸਕ ਲਗਾ ਕੇ, ਸੜਕ ਤੇ ਕਈ ਜਾਏ ਆਏ ਮਾਸਕ ਲਗਾ ਕੇ, ਜਿਤਨਾ ਬਚਾਅ ਹੋ ਸਕੇ ਉਤਨਾ ਕਰੇ, ਦੇਸ਼ ਬਚਾਏ।